ਜਪ ਜਪ ਵਾਹਿਗੁਰੂ 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 ਜਪ ਵਾਹਿਗੁਰੂ 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 ਆਦ ਵਾਹਿਗੁਰੂ ਜੁਗਾਦ ਵਾਹਿਗੁਰੂ ਹੈਪੀ ਵਾਹਿਗੁਰੂ ਹੋਸੀ ਵਾਹਿਗੁਰੂ ਹੋਸੀ ਵਾਹਿਗੁਰੂ ਜਪ ਵਾਹਿਗੁਰੂ ਵਾਹਿਗੁਰੂ ਸਭ ਨੇ ਆਪੋ ਆਪਣੀ ਜੀਭਾਂ ਨਾਲ ਬੋਲਣਾ, ਆਪਣੇ ਕੰਨਾਂ ਨਾਲ ਆਪ ਸੁਣਨ ਦਾ ਯਤਨ ਕਰਨਾ, ਧੁਨ ਦੇ ਵਿੱਚ ਧਿਆਨ ਲਾਉਣ ਦਾ ਯਤਨ ਕਰੀਏ। ਬੋਲਦਿਆਂ ਬੋਲਦਿਆਂ ਸੁਣਦਿਆਂ ਸੁਣਦਿਆਂ ਕਿਤੇ ਗੱਲ ਅੰਦਰ ਤੱਕ ਪਹੁੰਚ ਜਾਏ, ਯਤਨ ਸਭ ਨੇ ਕਰਨਾ। ਵਾਹਿਗੁਰੂ 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 ਜਿਸ ਤੇ ਨਾਮ ਪ੍ਰਾਪਤ ਹੋਏ ਜਿਸ ਤੇ ਨਾਮ ਪ੍ਰਾਪਤ ਹੋਏ ਨਾਨਕ ਸਤਿਗੁਰ ਵਾਹੋ ਨਾਨਕ ਸਤਿਗੁਰ ਵਾਹੋ ਨਾਨਕ ਸਤਿਗੁਰ ਵਾਹੋ ਨਾਨਕ ਸਤਿਗੁਰ ਜਿਸ ਤੇ ਨਾਮ ਪ੍ਰਾਪਤ ਹੋਏ
ਜਿਸ ਦੇ ਨਾਮ ਪ੍ਰਾਪਤ ਹੋਏ ਨਾਨਕ ਸਤਿਗੁਰ ਵਾਹ ਨਾਨਕ ਸਤਿਗੁਰ ਵਾਹ 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 ਸਤਿਗੁਰ ਸਤਿਪੁਰਖ ਹੈ ਵਾਹੋ ਵਾਹੋ ਸਤਿਗੁਰ ਸਤਿਪੁਰਖ ਹੈ ਵਾਹੋ ਵਾਹੋ ਸਤਿਗੁਰ ਸਤਿਪੁਰਖ ਹੈ ਵਾਹੋ ਵਾਹੋ ਸਤਿਗੁਰ ਸਤਿਪੁਰਖ ਹੈ ਜਿਸ ਨੂੰ ਸਮਤ ਸਭ ਕੋਏ ਜਿਸ ਨੂੰ ਸਮਤ ਸਭ ਕੋਏ ਵਾਹਿਗੁਰੂ ਜੀ ਜਿਸ ਨੂੰ ਸਮਤ ਸਭ ਕੋਏ ਵਾਹੋ ਵਾਹੋ ਸਤਿਗੁਰ ਨਿਰਵੈਰ ਹੈ ਵਾਹੋ ਵਾਹੋ ਸਤਿਗੁਰ ਨਿਰਵੈਰ ਹੈ ਵਾਹੋ ਵਾਹੋ ਸਤਿਗੁਰ ਨਿਰਵੈਰ ਜਿਸ ਨਿੰਦਾ ਉਸਤਤ ਤੁਲ ਹੋਏ 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 ਜਿਸ ਦੇ ਨਾਮ ਪ੍ਰਾਪਤ ਹੋ ਸਤਿਗੁਰ ਵਾਹ ਵਾਹ ਨਾਨਕ ਸਤਿਗੁਰ ਵਾਹ ਮਿਲ ਕੇ ਨਾਨਕ ਸਤਿਗੁਰ ਵਾਹ ਵਾਹ ਨਾਨਕ ਸਤਿਗੁਰ ਵਾਹ ਵਾਹ ਸਤਿਗੁਰ ਵਾਹ ਸਤਿਗੁਰ ਵਾਹ ਵਾਹ ਸਤਿਗੁਰ ਵਾਹ ਵਾਹ ਸਤਿਗੁਰ ਵਾਹ ਵਾਹ ਸਤਿਗੁਰ ਵਾਹ 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 ਵਾਹਿਗੁਰੂ 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 ਵਾਹਿਗੁਰੂ
ਮਿਲ ਕੇ ਧੰਨ ਕਹੀਏ ਬਾਪੂ ਨੂੰ। ਸਤਿਗੁਰ ਵਾਹੋ ਵਾਹੋ, 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 ਵਾਹੋ ਵਾਹਿਗੁਰੂ 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 ਵਾਹੋ ਵਾਹੋ ਵਾਹਿਗੁਰੂ 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 ਮਿਲ ਕੇ ਧੰਨ ਕਹੀਏ ਆਪਣੇ ਬਾਪੂ ਨੂੰ, ਕਮਾਲ ਕਹੀਏ ਆਪਣੇ ਬਾਪੂ ਨੂੰ, ਵਾਹ ਕਹੀਏ ਆਪਣੇ ਬਾਪੂ ਨੂੰ। ਵਾਹਿਗੁਰੂ 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 ਵਾਹਿਗੁਰੂ
ਐਸਾ ਯਤਨ ਕਰੀਏ ਕਿ ਇੱਕ ਇੱਕ ਇੰਦਰਾ ਆਪਣੇ ਬਾਪੂ ਨੂੰ ਕਮਾਲ ਆਖੇ। ਜੋਦੜੀ ਕਰੀਏ ਸਤਿਗੁਰੂ ਜੀ, ਤੁਹਾਡੀ ਵਿਸ਼ਾਲਤਾ ਨੂੰ ਮਹਿਸੂਸ ਕਰ ਸਕੀਏ। ਤੁਹਾਡੀ ਵਡਿਆਈ ਨੂੰ ਮਹਿਸੂਸ ਕਰ ਸਕੀਏ। ਨਾਨਕ ਸਤਿਗੁਰ ਬਾਹੋ, ਨਾਨਕ ਸਤਿਗੁਰ ਬਾਹੋ, ਨਾਨਕ ਸਤਿਗੁਰ ਬਾਹੋ, ਸਤਿਗੁਰ ਬਾਹੋ ਬਾਹੋ, ਸਤਿਗੁਰ ਬਾਹੋ ਬਾਹੋ, ਸਤਿਗੁਰ ਬਾਹੋ ਬਾਹੋ, ਸਤਿਗੁਰ ਬਾਹੋ, ਸਤਿਗੁਰ ਬਾਹੋ ਬਾਹੋ, ਸਤਿਗੁਰ ਬਾਹੋ ਬਾਹੋ, ਸਤਿਗੁਰ ਬਾਹੋ ਬਾਹੋ, ਸਤਿਗੁਰ ਬਾਹੋ ਬਾਹੋ, ਬਾਹੋ ਵਾਹਿਗੁਰੂ, 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 ਵਾਹਿਗੁਰੂ,
ਵਾਹੋ ਵਾਹੋ ਵਾਹਿਗੁਰੂ 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 ਵਾਹੋ ਵਾਹੋ ਵਾਹਿਗੁਰੂ 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 ਜਿਸ ਤੇ ਨਾਮ ਪ੍ਰਾਪਤ ਹੋਏ ਜਿਸ ਤੇ ਨਾਮ ਪ੍ਰਾਪਤ ਹੋਏ ਨਾਨਕ ਸਤ ਗੁਰ ਵਾਹੋ ਵਾਹੋ ਨਾਨਕ ਸਤ ਗੁਰ ਵਾਹੋ ਵਾਹੋ ਨਾਨਕ ਸਤਿਗੁਰ ਵਾਹੋ ਵਾਹੋ ਨਾਨਕ ਸਤਿਗੁਰ ਵਾਹੋ ਵਾਹੋ ਵਾਹਿਗੁਰੂ ਵਾਹਿਗੁਰੂ ਆਪਣੇ ਬਾਪੂ ਨੂੰ ਆਪਾਂ ਸਾਰਿਆਂ ਨੇ ਕਮਾਲ ਕਹਿਣਾ, ਅਕਸਰ ਆਪ ਸੰਗਤ ਦੇ ਨਾਲ ਸਾਂਝ ਹੋਈ ਹੈ ਕਿ ਕਿਤੇ ਸਾਡੇ ਕਮਾਲ ਆਖਿਆ ਹੀ ਉਹਨੇ ਕਮਾਲ ਨਹੀਂ ਬਣ ਜਾਣਾ। ਮਤਾ ਸਮਝੀਏ ਕਿ ਉਹਨੂੰ ਕਿਤੇ ਲੋੜ ਪਈ ਹੈ ਕਿ ਅਸੀਂ ਉਹਨੂੰ ਵਾਹ ਆਖਾਂਗੇ, ਅਸੀਂ ਉਹਨੂੰ ਧੰਨ ਆਖਾਂਗੇ, ਅਸੀਂ ਉਹਨੂੰ ਕਮਾਲ ਆਖਾਂਗੇ, ਤਾਂਹੀਓ ਕਿਤੇ ਉਹਨੇ ਧੰਨ ਹੋ ਜਾਣਾ ਨਾ। ਗੁਰੂ ਕੇ ਲਾਲ ਜੀਓ, ਆਪਾਂ ਨਿਤਾ ਪ੍ਰਤੀ ਪੜ੍ਹਦੇ ਹਾਂ ਨਿਤਨੇਮ ਦੇ ਵਿੱਚ ਕਿ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘੱਟ ਨਾ ਜਾਏ। ਸਾਡੇ ਆਖਿਆ ਕਿਤੇ ਉਹਨੇ ਵੱਡਾ ਨਹੀਂ ਹੋ ਜਾਣਾ, ਸਾਡੇ ਆਖਿਆ ਕਿਤੇ ਉਹਨੇ ਛੋਟਾ ਨਹੀਂ ਹੋ ਜਾਣਾ। ਉਹ ਤਾਂ ਜੋ ਹੈ ਸੋ ਹੈ, ਨਾ ਉਹਨੂੰ ਕੋਈ ਬਣਾਉਣ ਵਾਲਾ, ਨਾ ਉਹਨੂੰ ਕੋਈ ਮਿਟਾਉਣ ਵਾਲਾ, ਨਾ ਉਹਨੂੰ ਕੋਈ ਚਲਾਉਣ ਵਾਲਾ। ਸੱਚ ਜਾਣੀ ਰੋਜ਼ ਪੜ੍ਹਦੇ ਹਾਂ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਆਪਣੇ ਆਪ ਤੋਂ ਉਹ ਸਹਿਭੰਗ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ, ਆਪਣੇ ਆਪ ਤੋਂ ਬਣਿਆ ਹੈ। ਪਰ ਹਾਂ, ਸਾਨੂੰ ਬਣਾਉਣ ਵਾਲਾ ਹੈ। ਅਤੇ ਗੁਰੂ ਕੇ ਲਾਲ ਜੀਓ, ਉਹਨੂੰ ਵਾਹ ਕਹਿਣ ਦੇ ਨਾਲ ਪਤਾ ਕੀ ਹੁੰਦਾ ਜੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਇੱਕ ਗੁੱਝਾ ਭੇਦ ਸਾਡੀ ਝੋਲੀ ਪਾਉਂਦੀ ਹੈ ਕਿ ਜਿਨ ਹਰ ਜਪਿਆ ਸੇ ਹਰ ਹੋਏ, ਜੋ ਧਿਆਵੇਂ ਹਰ ਅਪਰੰਪਰ ਹਰ 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 ਧਿਆਏ ਹਰੇ ਤੇ ਹੋਣਾ। ਕਿ ਜਿਹੜੇ ਉਸ ਨਿਰੰਕਾਰ ਨੂੰ ਧਿਆਉਂਦੇ ਨੇ, ਧਿਆਉਂਦਿਆਂ 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 ਜਿਹਨੂੰ ਧਿਆਉਂਦੇ ਪਏ ਨੇ ਉਹਦੇ ਨਾਲ ਇੱਕਮਿਕ ਕਿਸ ਵਕਤ ਹੋ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ। ਜੇਕਰ ਉਹਨੂੰ ਵੱਡਾ ਆਖਾਂਗੇ ਨਾ ਗੁਰੂ ਕੇ ਲਾਲ ਜੀਓ, ਪਹਿਲੋਂ ਜੀਭਾ ਵੱਡਾ ਆਖਦੀ ਹੈ, ਕੰਨ ਸੁਣਨਾ ਨਹੀਂ ਚਾਹੁੰਦੇ। ਜੇ ਕੰਨ ਵੱਡਾ ਵੱਡਾ ਸੁਣਦਿਆਂ ਨਹੀਂ ਜੀਭਾ ਆਖਣਾ ਨਹੀਂ ਚਾਹੁੰਦੀ, ਜੇ ਕੰਨ 'ਤੇ ਜੀਭਾ ਸੁਣਨ 'ਤੇ ਕਹਿਣ ਲੱਗ ਪਵੇ ਅੱਖਾਂ ਵੱਡਾ ਵੇਖਣਾ ਨਹੀਂ ਚਾਹੁੰਦੀਆਂ, ਤਾਂ ਅੰਦਰ ਦੀ ਤਾਂ ਗੱਲ ਹੈ ਹੀ ਵੱਖਰੀ। ਅੰਦਰ ਤਾਂ ਪਤਾ ਨਹੀਂ ਕਦੋਂ ਆਪਣੇ ਬਾਪੂ ਦੀ ਵਡਿਆਈ ਨੂੰ, ਆਪਣੇ ਬਾਪੂ ਦੀ ਵਿਕਰਾਲਤਾ, ਆਪਣੇ ਬਾਪੂ ਦੀ ਵਿਸ਼ਾਲਤਾ ਨੂੰ ਮਹਿਸੂਸ ਕਰੇਗਾ ਸਾਡਾ ਅੰਦਰ। ਅਤੇ ਜਿੱਦਣ ਸਾਡੇ ਅੰਤਰੀਵ ਦੇ ਵਿੱਚੋਂ ਇਹ ਆਵਾਜ਼ ਨਿਕਲੀ ਨਾ ਕਿ ਮੇਰੇ ਮਾਲਕਾ ਤੂੰ ਸਭ ਤੋਂ ਵੱਡਾ ਹੈ, ਤੂੰ ਸਭ ਤੋਂ ਵੱਡਾ ਹੈ, ਅਤੇ ਆਪਣੇ ਮਾਲਕ ਨੂੰ ਵੱਡਾ ਕਹਿਣ ਵਾਲੇ, ਆਪਣੇ ਧੁਰ ਅੰਦਰੋਂ ਵੱਡਾ ਕਹਿਣ ਵਾਲੇ ਕਦੋਂ ਮਾਲਕ ਜਿਤਨੇ ਵੱਡੇ ਹੋ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ। ਇਹ ਉਹ ਡਰ ਹੈ ਜਿੱਥੇ ਆਮ ਇਨਸਾਨਾਂ ਨੂੰ ਰੱਬ ਜਿਤਨੇ ਵੱਡੇ ਬਣਾਇਆ ਜਾਂਦਾ। ਇਸ ਲਈ ਵਾਹ ਕਹਿਣਾ ਆਪਣੇ ਬਾਪੂ ਨੂੰ, ਵਾਹ ਕਹਿਣਾ ਆਪਣੇ ਆਪ ਲਈ, ਕਮਾਲ ਕਹਿਣਾ ਆਪਣੇ ਆਪ ਲਈ। ਵਾਹ ਆਖਾਂਗੇ ਵਾਹ ਹੋ ਜਾਵਾਂਗੇ, ਕਮਾਲ ਆਖਾਂਗੇ
ਕਮਾਲ ਹੋ ਜਾਵਾਂਗੇ, ਵੱਡਾ ਆਖਾਂਗੇ, ਵੱਡੇ ਹੋ ਜਾਵਾਂਗੇ ਇਸ ਦਰ ਦੀ ਵਡਿਆਈ ਹੈ। ਆਓ ਮਿਲ ਕੇ ਧੰਨ ਕਹੀਏ ਆਪਣੇ ਬਾਪੂ ਨੂੰ। ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ, ਸੋ ਸਤਿਗੁਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੋ ਸਤਿਗੁਰ ਪੂਰਾ ਧੰਨ ਧੰਨ ਹੈ, ਧੰਨ ਧੰਨ ਹੈ, ਧੰਨ ਧੰਨ ਹੈ, ਸੋ ਸਤਿਗੁਰ ਪੂਰਾ ਧੰਨ ਧੰਨ ਹੈ, ਧੰਨ ਧੰਨ ਹੈ, ਧੰਨ ਧੰਨ ਹੈ, ਸੋ ਸਤਿਗੁਰ ਜੀ, ਸੋ ਸਤਿਗੁਰ, ਸੋ ਸਤਿਗੁਰ ਪੂਰਾ ਧੰਨ ਧੰਨ ਹੈ, ਧੰਨ ਧੰਨ ਹੈ, ਧੰਨ ਧੰਨ ਹੈ, ਸਤਿਗੁਰ ਜੀ, ਸੋ ਸਤਿਗੁਰ, ਸੋ ਸਤਿਗੁਰ ਪੂਰਾ ਧੰਨ ਧੰਨ ਹੈ, ਧੰਨ ਧੰਨ ਹੈ, ਧੰਨ ਧੰਨ ਹੈ, ਸੋ ਸਤਿਗੁਰ ਧੰਨ ਹੈ, ਮਿਲ ਕੇ ਧੰਨ ਹੈ, ਧੰਨ ਧੰਨ ਹੈ ਜੀ, ਧੰਨ ਵਾਹਿਗੁਰੂ, 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 ਗੂ ਹਨੇਰਾ ਰੂ ਚਾਨਣ, ਹਨੇਰੇ ਚ ਚਾਨਣ ਕਰਨ ਵਾਲਾ ਗੁਰੂ, ਵਾਹ ਤੋਂ ਭਾਵ ਕਮਾਲ, ਹੇ ਹਨੇਰੇ ਚ ਚਾਨਣ ਕਰਨ ਵਾਲੇ ਆ ਤੂੰ ਕਮਾਲ ਹੈ, ਇਹ ਹੈ ਸਾਡਾ ਗੁਰਮੰਤਰ, ਸੋ ਸਤਿਗੁਰ ਪੂਰਾ ਧੰਨ ਧੰਨ ਹੈ, ਧੰਨ ਧੰਨ ਹੈ, ਧੰਨ ਧੰਨ ਹੈ, ਸੋ ਸਤਿਗੁਰ ਪੂਰਾ ਧੰਨ ਧੰਨ ਹੈ, ਧੰਨ ਧੰਨ ਹੈ, ਧੰਨ ਧੰਨ ਹੈ, ਇਸ ਮਿਲੀਏ ਸਤਿਗੁਰ ਸੱਜਣੇ, ਇਸ ਮਿਲੀਏ ਸਤਿਗੁਰ ਸੱਜਣੇ, ਇਸ ਮਿਲੀਏ ਸਤਿਗੁਰ ਸੱਜਣੇ, ਇਸ ਮਿਲੀਏ ਸਤਿਗੁਰ ਸੱਜਣੇ, ਜਿਸ ਅੰਤਰ ਹਰ ਗੁਣਕਾਰੀ, ਜਿਸ ਅੰਤਰ ਹਰ ਗੁਣਕਾਰੀ, ਜਿਸ ਅੰਤਰ ਹਰ ਗੁਣਕਾਰੀ, ਜਿਸ ਅੰਤਰ ਹਰ ਗੁਣਕਾਰੀ, ਅੰਤਰ ਹਰ ਗੁਣਕਾਰੀ, ਜਿਸ ਅੰਤਰ ਹਰ ਗੁਣਕਾਰੀ, ਜਿਸ ਅੰਤਰ ਹਰ ਗੁਣਕਾਰੀ, ਜਿਸ ਅੰਤਰ ਹਰ ਗੁਣਕਾਰੀ,
ਤਿਸ ਮਿਲੀਐ ਸਤਿਗੁਰ ਪ੍ਰੀਤ ਮੈਂ, 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 ਜਿਨ ਹਉ ਮੈਂ ਵਿੱਚੋਂ ਮਾਰੀ, 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 ਸਤਿਗੁਰ ਜੀ ਸੋ ਸਤਿਗੁਰ, ਸੋ ਸਤਿਗੁਰ ਪੂਰਾ ਧਨ ਧਨ ਹੈ, ਧਨ ਧਨ ਹੈ, ਧਨ ਧਨ ਹੈ, ਹਾਂ ਸਤਿਗੁਰ ਪੂਰਾ ਧਨ ਧਨ ਹੈ, ਧਨ ਧਨ ਹੈ, ਧਨ ਧਨ ਹੈ, ਜਿਨ ਹਰ ਉਪਦੇਸ਼ ਦੇ ਸਤ ਸ੍ਰਿਸ਼ਟ ਸਵਾਰੀ, ਸੋ ਸਤਿਗੁਰ ਪੂਰਾ ਧਨ ਧਨ ਹੈ, ਧਨ ਧਨ ਹੈ, ਧਨ ਧਨ ਹੈ, ਓ ਧਨ ਧਨ ਹੈ, ਧਨ ਧਨ ਹੈ ਸਤਿਗੁਰ, ਧਨ ਧਨ ਹੈ, ਧਨ ਧਨ ਹੈ ਜੀ, ਧਨ ਧਨ ਹੈ, ਧੰਨ ਵਾਹਿਗੁਰੂ, 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 ਜੁੜ ਕੇ ਵਾਹਿਗੁਰੂ, 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 ਇਸ ਪਾਵਨ ਪਵਿੱਤਰ ਪੌੜੀ ਦੀਆਂ ਪੰਕਤੀਆਂ ਦੇ ਵਿੱਚੋਂ ਇੱਕ ਹੈਰਾਨੀ ਕਰਨ ਵਾਲੀ ਗੱਲ, ਹੈਰਾਨੀਜਨਕ ਗੱਲ ਪ੍ਰਗਟ ਹੁੰਦੀ ਹੈ। ਬੜਾ ਸੁੰਦਰ ਹੁਕਮ ਹੈ, ਉਹਨਾਂ ਦੇ ਮਾਲਕ ਨੂੰ ਜਾ ਕੇ ਮਿਲ ਜਿਨ੍ਹਾਂ ਦੇ ਅੰਤਰੀਵ ਦੇ ਅੰਦਰ ਨੇਕੀ ਕਰਨ ਵਾਲਾ ਪਰਮਾਤਮਾ ਵੱਸਦਾ ਹੈ, ਜਿਨ੍ਹਾਂ ਦੇ ਅੰਦਰ ਅੱਤ ਦੀ ਨੇਕੀ ਕਰਨ ਵਾਲਾ। ਅੱਜ ਇਸ ਅਸਥਾਨ 'ਤੇ ਆਪਾਂ ਬੈਠੇ ਹਾਂ ਨਾ ਗੁਰੂ ਕੇ ਲਾਲ ਜੀ, ਇਹ ਉਹ ਅਸਥਾਨ ਹੈ, ਆਪਾਂ ਅਕਸਰ ਇੱਕ ਸ਼ਬਦ ਪੜ੍ਹਦੇ ਹਾਂ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਅਤੇ ਇਹ ਤਾਤ ਪਰਾਈ ਸਾਡੇ ਸਾਰਿਆਂ 'ਚੋਂ ਕਿੰਨਿਆਂ ਕਦੇ ਅੰਦਰੋਂ ਨਿਕਲ ਗਈ ਹੈ, ਮਾਰੀਏ ਆਪੋ ਆਪਣੇ ਅੰਦਰ ਝਾਤੀ, ਕਿਉਂਕਿ ਸਾਧ ਸੰਗਤ ਵਿੱਚ ਤਾਂ ਆਪਾਂ ਰੋਜ਼ ਆਉਂਦੇ ਹਾਂ, ਸਾਧ ਸੰਗਤ ਵਿੱਚ ਰੋਜ਼ ਆਉਂਦੇ ਹਾਂ। ਅਗਲੀਆਂ ਪੰਕਤੀਆਂ ਕਿ ਸੰਗਤ ਵਿੱਚ ਆ ਕੇ ਜਦੋਂ ਤਾਤ ਪਰਾਈ ਨਿਕਲ ਜਾਂਦੀ ਹੈ, ਜਦੋਂ ਕਿਸੇ ਦੇ ਨਾਲ ਈਰਖਾ, ਕਿਸੇ ਦੇ ਨਾਲ ਜੈਲਸੀ ਕਰਨ ਦੀ ਭਾਵਨਾ ਜਦੋਂ ਨਿਕਲ ਜਾਂਦੀ ਹੈ, ਫਿਰ ਗੁਰੂ ਕਾ ਲਾਲ ਕਹਿੰਦਾ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਉਹ ਅਵਸਥਾ ਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭ ਨਾ ਕੇ ਸਾਜਨ, ਜਿੱਥੇ ਕੋਈ ਧਰਮ ਦਾ ਵਿਤਕਰਾ ਨਹੀਂ,
ਜਿੱਥੇ ਕੋਈ ਊਚ ਨੀਚ ਦਾ ਵਿਤਕਰਾ ਨਹੀਂ, ਜਿੱਥੇ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ, ਜਿੱਥੇ ਸਭ ਨੂੰ ਸਮ ਕਰਕੇ ਜਾਣਨਾ, ਜਿੱਥੇ ਕੇਵਲ ਔਰ ਕੇਵਲ ਨੇਕੀ ਹੀ ਵਰਤਣੀ। ਹੁਕਮ ਹੈ ਐਸੇ ਗੁਰੂ ਕੇ ਲਾਲਾਂ ਨੂੰ ਜਾ ਕੇ ਮਿਲ, ਔਰ ਐਸੇ ਗੁਰੂ ਕੇ ਲਾਲਾਂ ਦੇ ਵਰਸਾਇਆ ਹੋਇਆਂ ਦੇ ਗੁਰੂ ਨੂੰ ਜਾ ਕੇ ਮਿਲ ਕਿ ਜਿਨ੍ਹਾਂ ਦੇ ਅੰਤਰੀਵ ਅੰਦਰ ਉਹ ਨੇਕੀ ਕਰਨ ਵਾਲਾ ਪਰਮਾਤਮਾ ਵਸਦਾ ਹੈ। ਪੁਰਾਤਨ ਗੁਰੂ ਕੇ ਲਾਲਾਂ ਦਾ ਗੁਰੂ ਪਿਆਰੋ ਜੀਵਨ ਬੋਲਦਾ ਸੀ। ਉਹ ਬਾਣੀ ਨੂੰ ਕੇਵਲ ਪੜ੍ਹਦੇ ਸੁਣਦੇ ਗਾਉਂਦੇ ਨਹੀਂ ਸਨ, ਉਹ ਬਾਣੀ ਨੂੰ ਕਮਾਉਂਦੇ ਸਨ, ਉਹ ਬਾਣੀ ਨੂੰ ਜਿਉਂਦੇ ਸਨ। ਜੇਕਰ ਉਹਨਾਂ ਦਾ ਮਾਲਕ ਸੱਚ ਜਾਣਿਓ ਕਿ ਲਾਏ ਪਰਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਬਚਨ, ਲਾਏ ਪਰਦਾ ਠਾਕੁਰ ਜੋ ਭੇਟਿਓ ਤੋ ਬਿਸਰੀ ਤਾਤ ਪਰਾਈ, ਕਿ ਸੰਗਤ ਵਿੱਚ ਬਹਿ ਕੇ ਵੀ ਸਾਡੇ ਅੰਦਰੋਂ ਜੈਲਸੀ, ਸਾਡੇ ਅੰਦਰੋਂ ਈਰਖਾ ਨਹੀਂ ਨਿਕਲਦੀ, ਸਾਡੇ ਅੰਦਰੋਂ ਵੈਰ ਦੀ ਭਾਵਨਾ ਨਹੀਂ ਨਿਕਲਦੀ। ਕਾਰਨ ਇੱਕੋ ਕਿ ਬਾਪੂ ਨੂੰ ਹਲੇ ਸੱਚਮੁੱਚ ਵੇਖਿਆ ਹੀ ਨਹੀਂ, ਸੱਚਮੁੱਚ ਵੇਖਿਆ ਹੀ ਨਹੀਂ। ਹੁਣ ਕੋਈ ਪੁੱਛੇ ਕਿ ਸਤਿਗੁਰੂ ਜੀ 'ਤੇ ਕੋਈ ਪੜ੍ਹਦਾ ਪਿਆ ਹੋਇਆ? ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸੁੰਦਰ ਬਚਨ ਨੇ, ਬਾਬਾ ਜੀ ਕਹਿੰਦੇ ਕਿ ਆ ਕੋਲ ਬੈਠਣਾ ਕੋਈ ਮਿਲਣਾ ਨਹੀਂ। ਜੇ ਆਪਾਂ ਆਖੀਏ ਨਾ ਕਿ ਗੁਰੂ ਦੇ ਕੋਲ ਰੋਜ਼ ਆ ਕੇ ਬਹਿੰਦੇ ਹਾਂ ਅਤੇ ਗੁਰੂ ਦੇ ਨਾਲ ਸਾਡਾ ਮੇਲ ਹੋ ਗਿਆ, ਆ ਮਿਲਣਾ ਨਹੀਂ ਹੈ। ਗੁਰੂ ਦੇ ਕੋਲ ਆ ਕੇ ਬਹਿਣਾ ਬਾਬਾ ਜੀ 'ਤੇ ਕਹਿੰਦੇ ਬਿਨ ਭਾਗਾ ਸਤਿਗੁਰ ਨਾ ਮਿਲੇ, ਘਰ ਬੈਠਿਆਂ ਨਿਕਟ ਨਿਤ ਪਾਸ, ਕਿ ਘਰ ਦੇ ਵਿੱਚ ਨਿਤਾ ਪ੍ਰਤੀ ਆਪਣੇ ਬਾਪੂ ਦੇ ਕੋਲ ਕਿਉਂ ਨਾ ਬੈਠੇ ਰਹੀਏ, ਤਾਂ ਵੀ ਇਹ ਮਿਲਣਾ ਕੋਈ ਮਿਲਣਾ ਨਹੀਂ। ਮਤਾ ਸਮਝੋ ਜੇ ਘਰ ਬਾਬਾ ਜੀ ਦਾ ਪ੍ਰਕਾਸ਼ ਅਤੇ ਸਾਡਾ ਮੇਲ ਹੋ ਗਿਆ ਨਾ ਗੁਰੂ ਕੇ ਲਾਲ ਜੀਓ। ਹੁਣ ਕੋਈ ਪੁੱਛੇ ਸਤਿਗੁਰੂ ਜੀ ਬਾਬੇ 'ਤੇ ਕੋਈ ਪੜ੍ਹਦਾ ਪਿਆ? ਰੋਜ਼ ਦਰਸ਼ਨ ਕਰਦੇ ਹਾਂ, ਰੋਜ਼ ਬਾਣੀ ਸੁਣਦੇ ਹਾਂ, ਰੋਜ਼ ਪੜ੍ਹਦੇ ਹਾਂ। ਬਾਬਾ ਜੀ ਕਹਿੰਦੇ ਪੜ੍ਹਦਾ ਸਤਿਗੁਰੂ 'ਤੇ ਕੋਈ ਨਹੀਂ, ਪੜ੍ਹਦਾ 'ਤੇ ਹੈ ਅੰਤਰ ਅਗਿਆਨ ਦੁੱਖ ਭਰਮ, ਹੈ ਵਿੱਚ ਪੜ੍ਹਦਾ ਦੂਰ ਪਿਆਸ, ਕਿ ਪੜ੍ਹਦਾ ਸਾਡੇ ਅੰਦਰ ਹੈ ਅਗਿਆਨਤਾ ਦਾ, ਦੁਬਦਾ ਦਾ, ਵਿਸ਼ੇ ਵਿਕਾਰਾਂ ਦਾ ਪੜ੍ਹਦਾ। ਆਹੀ ਪੜ੍ਹਦਾ 'ਤੇ ਬਾਪੂ ਨੂੰ ਵੇਖਣ ਨਹੀਂ ਦਿੰਦਾ, ਇਹੀ ਪੜ੍ਹਦਾ 'ਤੇ ਬਾਪੂ ਨੂੰ ਸੁਣਨ ਨਹੀਂ ਦਿੰਦਾ, ਇਹੀ ਪੜ੍ਹਦਾ 'ਤੇ ਬਾਪੂ ਨੂੰ ਮਹਿਸੂਸ ਨਹੀਂ ਕਰਨ ਦਿੰਦਾ। ਔਰ ਜਦੋਂ ਤੱਕ ਇਹ ਪੜ੍ਹਦਾ ਹੈ, ਜਦੋਂ ਤੱਕ ਸੱਚਮੁੱਚ ਪੜ੍ਹਦਾ ਲਾ ਕੇ ਬਾਪੂ ਨੂੰ ਨਹੀਂ ਵੇਖਦੇ, ਤਾਂ ਤੱਕ ਇਹ ਤਾਤ ਪਰਾਈ ਨਿਕਲ ਹੀ ਨਹੀਂ ਸਕਦੀ ਅੰਦਰੋਂ। ਤਾਂ ਤੱਕ ਤਾਂ ਸੇਵਾ ਕਰਦਿਆਂ ਵੀ ਜੈਲਸੀ ਹੈ, ਤਾਂ ਤੱਕ ਬਾਣੀ ਪੜ੍ਹਦਿਆਂ ਵੀ ਈਰਖਾ ਹੈ, ਤਾਂ ਤੱਕ ਸੰਗਤ 'ਚ ਬੈਠਿਆਂ ਵੀ ਵੈਰ ਦੀ ਭਾਵਨਾ ਹੈ, ਅੰਦਰੋਂ ਸਾਡੇ ਨਿਕਲ ਨਿਕਲ ਕੇ ਬਾਹਰ ਆਉਂਦੀ ਹੈ। ਭਾਵੇਂ ਗੁਰੂ ਦੀ ਗੋਦੀ 'ਚ ਬਹਿ ਕੇ ਵੀ ਅੱਤ ਦੇ ਵੈਰੀ ਬਣ ਕੇ ਰਹਿੰਦੇ ਹਾਂ ਆਪਾਂ, ਇੱਕ ਦੂਜੇ ਦੇ ਨਾਲ ਵੈਰ ਕਮਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਸਿਮਰਨ ਕਰਦੇ ਹਾਂ, ਸੱਚ ਜਾਣਿਓ ਗੁਰੂ ਕੇ ਲਾਲ ਜੀ, ਕਿਉਂਕਿ ਬਾਪੂ ਨੂੰ ਵੇਖਿਆ ਹੀ ਨਹੀਂ ਹਲੇ। ਜਿੱਦਣ ਬਾਪੂ ਨੂੰ ਪੜਦਾ ਲਾ ਕੇ ਵੇਖ ਲਿਆ, ਜਿੱਦਣ ਬਾਪੂ ਨੂੰ ਪੜਦਾ ਹਟਾ ਕੇ ਸੁਣ ਲਿਆ, ਜਿੱਦਣ ਬਾਪੂ ਨੂੰ ਪੜਦਾ ਹਟਾ ਕੇ ਗਾ ਲਿਆ, ਉਦਣ ਬਾਬਾ ਜੀ ਕਹਿੰਦੇ ਲਾਏ ਪਰਦਾ ਠਾਕੁਰ ਜੋ ਭੇਟਿਓ ਤੋ ਬਿਸਰੀ ਤਾਤ ਪਰਾਈ, ਜਦੋਂ ਬਾਪੂ ਨੂੰ ਪੜਦਾ ਹਟਾ ਕੇ ਵੇਖ ਲਿਆ। ਤੇ ਸਤਿਗੁਰੂ ਜੀ ਕਹਿੰਦੇ ਐਸੇ ਗੁਰੂ ਕੇ ਲਾਲਾਂ ਦੇ ਗੁਰੂ ਨੂੰ ਜਾ ਕੇ ਮਿਲ, ਜਿਨ੍ਹਾਂ ਦੇ ਅੰਤਰੀਵ ਅੰਦਰ ਨੇਕੀ ਵਸਦੀ ਹੈ, ਜਿਨ੍ਹਾਂ ਦੇ ਅੰਤਰੀਵ ਦੇ ਅੰਦਰੋਂ ਵੈਰ ਦੀ ਭਾਵਨਾ ਨਿਕਲ ਚੁੱਕੀ ਹੈ। ਧੰਨ ਹੈ ਐਸਾ ਸਤਿਗੁਰੂ, ਧੰਨ ਹੈ ਐਸਾ ਸਤਿਗੁਰੂ, ਧੰਨ ਹੈ ਐਸਾ ਸਤਿਗੁਰੂ। ਆਓ ਧੰਨ ਧੰਨ ਹੈ, ਧੰਨ ਧੰਨ ਹੈ ਸਤਿਗੁਰ, ਓ ਧੰਨ ਧੰਨ ਹੈ, ਧੰਨ ਧੰਨ ਹੈ ਸਤਿਗੁਰ, ਧੰਨ ਧੰਨ ਵਾਹਿਗੁਰੂ, 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 ਧੰਨ ਧੰਨ ਵਾਹਿਗੁਰੂ, ਵਾਹਿਗੁਰੂ, ਧੰਨ ਜੀ ਵਾਹਿਗੁਰੂ, 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 ਵਾਹਿਗੁਰੂ।
ਜਪਿਓ ਸੰਤੋ ਰਾਮ ਨਾਮ ਨਿਤ 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 ਜਪਿਓ ਸੰਤੋ ਨਿਤ ਜਪਿਓ ਸੰਤੋ ਨਿਤ ਜਪਿਓ ਸੰਤੋ ਵਾਹਿਗੁਰੂ 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 ਨਿਤ ਜਪਿਓ ਸੰਤੋ ਨਾਮ ਵਾਹਿਗੁਰੂ 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 ਰਾਮ ਨਾਮ ਰਾਮ ਨਾਮ ਨਿਤ ਜਪਿਓ ਸੰਤੋ ਰਾਮ ਨਾਮ ਉਹ ਭਾਜਲ ਬਿਖ ਤਾਰੀ ਭਾਜਲ ਬਿਖ ਤਾਰੀ ਭਾਜਲ ਬਿਖ ਤਾਰੀ ਭਾਜਲ ਬਿਖ ਤਾਰੀ ਜੀ ਭਾਜਲ ਬਿਖ ਤਾਰੀ ਭਾਜਲ ਬਿਖ ਤਾਰੀ ਗੁਰਪੁਰੈ ਹਰ ਉਪਦੇਸਿਆ ਗੁਰਪੁਰੈ ਹਰ ਉਪਦੇਸਿਆ ਗੁਰਪੁਰੈ ਹਰ ਉਪਦੇਸਿਆ ਗੁਰਪੁਰੈ ਹਰ ਉਪਦੇਸਿਆ ਗੁਰ ਵਿਟੜਿਓ ਹੋ ਸਦਵਾਰੀ ਗੁਰ ਵਿਟੜਿਓ ਹੋ ਸਦਵਾਰੀ ਗੁਰ ਵਿਟੜਿਓ ਹੋ ਸਦਵਾਰੀ ਗੁਰ ਵਿਟੜਿਓ ਹੋ ਸਦਵਾਰੀ ਸੋ ਸਤਿਗੁਰ ਜੀ ਸੋ ਸਤਿਗੁਰ ਸੋ ਸਤਿਗੁਰ ਪੂਰਾ ਧਨ ਧਨ ਹੈ ਧਨ ਧਨ ਹੈ ਧਨ ਧਨ ਹੈ ਸੋ ਸਤਿਗੁਰ ਪੂਰਾ ਧਨ ਧਨ ਹੈ ਧਨ ਧਨ ਹੈ ਧਨ ਧਨ ਹੈ ਸੋ ਸਤਿਗੁਰ ਪੂਰਾ ਧਨ ਧਨ ਹੈ ਧਨ ਧਨ ਹੈ ਧਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਸਤਿਗੁਰ ਸੋ ਸੋ ਸਤਿਗੁਰ ਪੂਰਾ ਧਨ ਧਨ ਹੈ ਧਨ ਧਨ ਹੈ ਧਨ ਧਨ ਹੈ ਜੀ ਧਨ ਧਨ ਹੈ ਸਤਿਗੁਰ ਧਨ ਧਨ ਹੈ ਧਨ ਧਨ ਹੈ ਸਤਿਗੁਰ ਧਨ ਧਨ ਹੈ ਜੀ ਧਨ ਧਨ ਹੈ ਧੰਨਵਾਦ ਰੂ ਵਾਹ ਰੂ
ਵਾਹਿਗੁਰੂ 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 ਮੇਰੇ ਸਤਿਗੁਰੂ ਕਿਰਪਾ ਕਰਨ ਮੈਨੂੰ ਇੱਥੇ ਭਾਈ ਕਨਈਆ ਚੇਤੇ ਆਉਂਦੇ। ਧੰਨ ਗੁਰੂ ਕਾ ਲਾਲ, ਸਿੱਖਾਂ ਨੇ ਆ ਕੇ ਸ਼ਿਕਾਇਤ ਕੀਤੀ ਕਿ ਬਾਬਾ ਜੀ ਵੇਖੋ ਕਨਈਆ, ਅਸੀਂ ਇਤਨੀ ਮਸ਼ਕਤ ਦੇ ਨਾਲ, ਇਤਨੀ ਮਿਹਨਤ ਦੇ ਨਾਲ ਆਪਣੀਆਂ ਜਾਨਾਂ 'ਤੇ ਖੇਡ ਕੇ ਦੁਸ਼ਮਣਾਂ ਨੂੰ ਜ਼ਖਮੀ ਪਏ ਕਰਦੇ ਹਾਂ, ਅਤੇ ਭਾਈ ਕਨਈਆ ਉਹਨਾਂ ਨੂੰ ਮੁੜ ਮੁੜ ਪਾਣੀ ਪਿਲਾ ਕੇ ਫਿਰ ਤੋਂ ਸੁਰਜੀਤ ਕਰੀ ਜਾਂਦਾ। ਬਾਬਾ ਜੀ ਵੇਖੋ ਇਹ ਭਾਈ ਕਨਈਆ ਕੀ ਪਿਆ ਕਰਦਾ। ਸਤਿਗੁਰਾਂ ਨੇ, ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਦਿਆ, ਹਾਂ ਵੀ ਕਨਈਆ ਤੂੰ ਪਾਣੀ ਪਿਆ ਪਿਲਾਉਂਦਾ। ਜੀ ਸਤਿਗੁਰੂ, ਪਾਣੀ ਪਿਆ ਪਿਲਾਉਂਦਾ, ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਪਿਲਾਉਂਦਾ। ਸਤਿਗੁਰੂ ਜੀ, ਕੌਣ ਦੁਸ਼ਮਣ, ਕਿਹੜਾ ਦੁਸ਼ਮਣ? ਨਹੀਂ, ਤੂੰ ਸਿੱਖਾਂ ਨੂੰ ਜਿੱਥੇ ਪਾਣੀ ਪਿਆ ਪਿਲਾਉਂਦਾ, ਘਾਇਲਾਂ ਨੂੰ ਉੱਥੇ ਨਾਲ ਦੁਸ਼ਮਣਾਂ ਨੂੰ ਵੀ ਪਿਲਾਉਂਦਾ। ਬਾਬਾ ਜੀ, ਕਿਹੜੇ ਸਿੱਖ ਅਤੇ ਕਿਹੜੇ ਦੁਸ਼ਮਣ? ਮੈਨੂੰ ਨਾ ਕਿਤੇ ਕੋਈ ਸਿੱਖ ਪਿਆ ਨਜ਼ਰ ਆਉਂਦਾ, ਨਾ ਕਿਤੇ ਕੋਈ ਦੁਸ਼ਮਣ ਪਿਆ ਨਜ਼ਰ ਆਉਂਦਾ। ਮੈਂ ਤਾਂ ਨਾ ਕਿਸੇ ਸਿੱਖ ਨੂੰ ਪਾਣੀ ਪਿਆ ਪਿਲਾਉਂਦਾ, ਨਾ ਕਿਸੇ ਦੁਸ਼ਮਣ ਨੂੰ ਪਾਣੀ ਪਿਆ ਪਿਲਾਉਂਦਾ, ਮੈਂ ਤਾਂ ਤੁਹਾਨੂੰ ਪਾਣੀ ਪਿਆ ਪਿਲਾਉਂਦਾ। ਤੁਸਾਂ ਸਵੇਰੇ ਇੱਕ ਵਾਰੀ ਪਾਣੀ ਦਾ ਕਟੋਰਾ ਮੰਗਿਆ, ਮੈਂ ਤੁਹਾਡੀ ਸੇਵਾ 'ਚ ਲੈ ਕੇ ਆਇਆ। ਤੁਸਾਂ ਫਿਰ ਮੰਗਿਆ, ਤੁਸਾਂ ਫਿਰ ਮੰਗਿਆ, ਇਹ ਵਾਰ ਵਾਰ ਪਾਣੀ ਵਾਸਤੇ ਆਵਾਜ਼ 'ਤੇ ਮੈਨੂੰ ਤੁਸੀਂ ਹੀ ਪਏ ਮਾਰਦੇ ਪਏ ਹੋ। ਮੈਨੂੰ ਤੁਹਾਡੇ ਤੋਂ ਸਿਵਾ ਹੋਰ ਕੋਈ ਨਜ਼ਰ ਹੀ ਨਹੀਂ ਪਿਆ ਆਉਂਦਾ। ਵੇਖੋ, ਸੰਗਤ ਸਾਨੂੰ ਵੀ ਮਿਲੀ, ਸੰਗਤ ਭਾਈ ਕਨਈਏ ਨੂੰ ਵੀ ਮਿਲੀ। ਗੁਰੂ ਨੂੰ ਅਸੀਂ ਵੀ ਪਏ ਵੇਖਦੇ ਹਾਂ, ਗੁਰੂ ਨੂੰ ਉਸ ਗੁਰੂ ਕੇ ਲਾਲ ਨੇ ਵੀ ਵੇਖਿਆ। ਅਤੇ ਵੇਖੋ, ਅਸੀਂ ਗੁਰੂ ਨੂੰ ਵੇਖਦੇ ਹਾਂ ਅਤੇ ਸਾਡੇ ਅੰਦਰ ਵੈਰ ਦੀ ਭਾਵਨਾ ਪਤਾ ਨਹੀਂ ਕਿਉਂ ਨਹੀਂ ਨਿਕਲਦੀ। ਉਸ ਗੁਰੂ ਕੇ ਲਾਲ ਨੇ ਵੇਖਿਆ ਅਤੇ ਕਮਾ ਲਿਆ ਇਹਨਾਂ ਪੰਕਤੀਆਂ ਨੂੰ ਕਿ ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਨ ਆਈ, ਲਾਏ ਪਰਦਾ ਠਾਕੁਰ ਜੋ ਭੇਟਿਓ। ਸੱਚਮੁੱਚ ਉਹਨੇ ਪਰਦਾ ਲਾ ਕੇ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦੀਦਾਰ ਕਰ ਲਏ। ਜਦੋਂ ਗੁਰੂ ਗੋਬਿੰਦ ਸਿੰਘ ਨੂੰ ਇੱਕ ਵੇਰਾ ਪਰਦਾ ਲਾ ਕੇ ਵੇਖ ਲਿਆ, ਹੁਣ ਤਾਂ ਹਰ ਪਾਸੇ ਗੁਰੂ ਗੋਬਿੰਦ ਸਿੰਘ ਹੀ ਨਜ਼ਰ ਆਉਂਦਾ। ਕਿਤੇ ਵੀ ਗੁਰੂ ਗੋਬਿੰਦ ਤੋਂ ਬਿਨਾਂ ਹੋਰ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ। ਕਿਆ ਅਵਸਥਾ, ਇਸ ਅਸਥਾਨ ਦੀ ਇਹ ਮਹਾਨਤਾ ਹੈ ਜਿੱਥੇ ਆਪਾਂ ਬੈਠੇ ਹਾਂ ਸਤ ਸੰਗਤ ਦੇ ਵਿੱਚ। ਬਾਬਾ ਜੀ ਕਿਰਪਾ ਕਰਨ, ਬਲਿਆਰੇ ਜਾਈਏ ਐਸੇ ਸਤਿਗੁਰੂ ਜੀ ਤੋਂ ਜਿਨ੍ਹਾਂ ਨੇ ਉਸ ਨਿਰੰਕਾਰ ਦਾ ਉਪਦੇਸ਼ ਇਸ ਸ੍ਰਿਸ਼ਟੀ ਦੇ ਇੱਕ ਇੱਕ ਮਨੁੱਖ ਇੱਕ ਇੱਕ ਜੀਵ ਦੇ ਅੰਦਰ ਵਸਾ ਕੇ ਅਤੇ ਉਹਨਾਂ ਨੂੰ ਉਸ ਨਿਰੰਕਾਰ ਦੇ ਨਾਲ ਜੋੜਨਾ ਕੀਤਾ। ਬਲਿਆਰੇ ਜਾਈਏ ਐਸੇ ਸਤਿਗੁਰੂ ਜੀ ਤੋਂ। ਆਓ ਸ਼ਬਦ ਪੜ੍ਹਦੇ ਹਾਂ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰ ਹੈ। ਕਿਉਂਕਿ ਕਿਸੇ ਨੂੰ ਉਹੀ ਕੁਝ ਦੇ ਸਕਦਾ ਜਿਹਦੇ ਆਪਣੇ ਪੱਲੇ ਕੁਝ ਹੋਵੇ। ਅਤੇ ਸਤਿਗੁਰੂ ਜੀ, ਬਲਿਆਰ ਜਾਈਏ, ਧੰਨ ਧੰਨ ਗੁਰੂ ਜਿਨੇ ਨਾਮ ਆਰਾਧਿਆ, ਆਪ ਤਰਿਆ, ਜਿਨੀ ਡਿੱਠਾ ਤਿਨਾ ਲਏ ਛਡਾਏ। ਸਤਿਗੁਰੂ ਜੀ ਦੇ ਪੱਲੇ ਆਪਣੇ ਨਾਮ ਦਾ ਖਜ਼ਾਨਾ ਹੈ,
ਤੇ ਉਸ ਨਾਮ ਦੇ ਖਜ਼ਾਨੇ ਦੇ ਨਾਲ ਉਹ ਸਾਨੂੰ ਵੀ ਪਏ ਤਾਰਦੇ ਨੇ। ਆਓ ਸਾਰੇ ਰਲ ਕੇ ਪੜੀਏ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ, ਨਾਰਾਇਣ ਨਰ ਪਤ ਨਮਸਕਾਰ, ਨਾਰਾਇਣ ਨਰ ਪਤ ਨਮਸਕਾਰ, ਐਸੇ ਗੁਰ ਕੋ ਮਰੀ ਮਹਿਮਾ ਵਰਨ ਨਾ ਸਕੋ, ਤੁਮਰੀ
ਤੁਹਾਡੀ ਮਹਿਮਾ ਜੀ ਮਹਿਮਾ 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 ਤੁਹਾਡੀ ਮਹਿਮਾ ਪਰ ਨਾ ਸਾਕੋ ਤੁਹਾਡੀ ਮਹਿਮਾ ਪਰ ਨਾ ਸਾਕੋ ਤੂੰ ਠਾਕੁਰੂ ਉੱਚਾ ਰਹਿਣ ਤੇ ਨਸਤ ਸਗਾਵੋ ਰੇ ਹਮਰਾ ਠਾਕੁਰ ਸਭ ਤੇ ਉੱਚਾ ਰਹਿਣ
ਜੁੜ ਕੇ ਮਿਲ ਕੇ ਗੁਰ ਪਰਮੇਸ਼ਰ ਏਕੋ ਜਾਣ ਏਕੋ ਜਾਣ ਗੁਰ ਪਰਮੇਸ਼ਰ ਏਕੋ ਜਾਣ ਜੀਵਾ ਰੂਪਾ 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 ਆਹਾ ਧੰਨ ਕਹੀਏ ਵਾਹਿਗੁਰੂ 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 ਕਵਨ 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 ਗੁਣ ਕਹੀਏ ਅੰਤ ਨਹੀਂ ਕਾਛ ਪਾਰ ਕਵਨ ਕਵਨ ਗੁਣ ਕਹੀਏ ਅੰਤ ਨਹੀਂ ਕਾਛ ਪਾਰ ਲੱਖ 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 ਨਾਰਾਇਣ ਨਰਪਤ ਨਮਸਕਾਰ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਐਸੇ ਗੁਰ ਕੋ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆਹ ਮੁਕਤ ਮੋਹਿ
ਬੇਸਮ 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 ਕਹੋ ਨਾਨਕ ਸੰਤਨ ਰਸ ਆਈ ਹੈ ਜੋ ਚਾਖ ਦੂੰਗਾ ਮੁਸਕਾਰ ਕਹੋ ਨਾਨਕ ਸੰਤਨ ਰਸ ਆਈ ਹੈ ਜੋ ਚਾਖ ਦੂੰਗਾ ਮੁਸਕਾਰ ਨਾਰਾਇਣ ਨਰਪਤ ਨਾਰਾਇਣ ਨਰਪਤ